ਆ ਜਗਨੇ ਤੋਂ ਮੇਰੇ ਅੱਬਾ ਜੀਆਂ ਦੇ ਦੋ ਪਿਆਰ ਕਰਨ ਵਾਲੇ, ਕੀ ਨਾਮ ਹੈ ਤੁਹਾਡਾ? ਆ ਸ਼ਬੀਰ ਅਤੇ ਸੁਲਤਾਨ ਸਾਹਿਬ ਆਏ ਨੇ ਅਤੇ ਜਦੋਂ ਦੇ ਇਹ ਮੈਨੂੰ ਮਿਲੇ ਨੇ ਮੇਰੀ ਉਦੋਂ ਦੀ ਹਾਲਤ ਖਰਾਬ ਹੋਈ। ਮੈਂ 5 ਮਹੀਨੇ ਪਿੱਛੇ ਚਲਾ ਗਿਆ। ਇਹਨਾਂ ਨੂੰ ਨਹੀਂ ਸੀ ਪਤਾ ਮੇਰੇ ਅੱਬਾ ਜੀਆਂ ਦਾ ਕਿ ਉਹ ਅੱਲਾ ਨੂੰ ਪਿਆਰੇ ਹੋ ਗਏ ਨੇ। ਤੋ ਬੜਾ ਇਹਨਾਂ ਨੇ ਅਫਸੋਸ ਕੀਤਾ, ਬੜਾ ਇਜ਼ਹਾਰ ਕੀਤਾ। ਦੋ ਜਵਾਨ ਸਾਥੀ ਹੋਰ ਆਏ ਨੇ ਪਿੱਪਲ ਕਲੋਨੀ ਤੋਂ, ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ। ਤੋ ਬਾਈ, ਮੈਂ ਜੁੰਮੇ ਵਾਲੇ ਦਿਨ ਟੁੱਟਾ ਹੁੰਦਾ, ਅੰਦਰੋਂ ਬਿਲਕੁਲ ਪੁਰਜ਼ਾ ਪੁਰਜ਼ਾ ਹੋਇਆ ਹੁੰਦਾ। ਇਹ ਬਸ ਮੇਰੇ ਅੱਬਾ ਜੀਆਂ ਦੀਆਂ ਦੁਆਵਾਂ ਨੇ ਕਿ ਜਿਹੜਾ ਮੈਂ ਮਿੰਬਰ 'ਤੇ ਆ ਕੇ ਬਹਿ ਕੇ ਤਕਰੀਰ ਕਰ ਜਾਂਦਾ। ਦੁਆ ਕਰੋ ਅੱਲਾ ਤਾਲਾ ਮੇਰੇ ਵਾਲਿਦ ਮੌਲਾਨਾ ਤਬੀਬ ਰਹਿਮਾਨ ਜਾਮੀ ਰਹਿਮਤੁੱਲਾ ਅਲੇ, ਅੱਲਾ ਤਾਲਾ ਉਹਨਾਂ ਦੀ ਬਖਸ਼ਿਸ਼ ਫਰਮਾਏ, ਜੰਨਤੁਲ ਫਿਰਦੌਸ ਵਿੱਚ ਬੁਲੰਦ ਮੁਕਾਮ ਅਤਾ ਫਰਮਾਏ। ਮੈਂ ਪੁੱਤਰ ਹੋਣ ਦੀ ਹਸੀਅਤ ਨਾਲ ਗੱਲ ਨਹੀਂ ਕਰਦਾ, ਮੈਂ ਇੱਕ ਹਕੀਕਤ ਬਿਆਨ ਕਰਨਾ ਕਿ ਮੇਰੇ ਅੱਬਾ ਜੀ ਅੱਲਾ ਦੇ ਬਹੁਤ ਬੜੇ ਵਲੀ ਅੱਲਾ ਸਨ। ਮੌਤ ਦਾ ਟਾਈਮ ਐਸਾ ਕਿ ਬੜੇ ਬੜੇ ਦਲੇਰਾਂ ਦੇ ਪਿੱਤੇ ਫਟ ਜਾਂਦੇ ਨੇ। ਮੌਤ ਦਾ ਬੜਾ ਖੌਫ ਹੁੰਦਾ। ਮੇਰੇ ਅੱਬਾ ਜੀ ਜਦੋਂ ਉਹਨਾਂ ਦੀ ਰੂਹ ਨਿਕਲੀ ਏ, ਪਤਾ ਹੀ ਨਹੀਂ ਲੱਗਿਆ ਕਿ ਰੂਹ ਨਿਕਲ ਗਈ। ਮੇਰਾ ਸੀਨਾ ਅੱਬਾ ਜੀਆਂ ਦੀ ਕੰਢ ਨਾਲ ਲੱਗਿਆ ਹੋਇਆ ਸੀ। ਮੈਨੂੰ ਉਹਨਾਂ ਨੇ ਆਪਣੇ ਨਾਲ ਜੋੜ ਕੇ ਪਾਇਆ ਹੋਇਆ ਸੀ। ਮੈਂ ਗੁਆਹ ਵਾਂ ਔਰ ਬਾਵਜ਼ੂ ਵਾਂ, ਲਾ ਇਲਾਹ ਇਲਾਹ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ। ਉਹਨਾਂ ਦੀ ਕੰਢ ਮੁਬਾਰਕ ਮੇਰੇ ਸੀਨੇ ਨਾਲ ਲੱਗੀ ਹੋਈ ਸੀ ਅਤੇ ਗੱਲਾਂ ਕਰਦੇ ਕਰਦੇ ਜੁਮੇ ਦੀਆਂ ਖਾਮੋਸ਼ ਹੋ ਗਏ ਅਤੇ ਅਸੀਂ ਸਮਝਿਆ ਕਿ ਹੋਰੇ ਕੁਝ ਸੋਚੀ ਪੈ ਗਏ ਨੇ, ਮਗਰ ਅੱਲਾ ਉਹਨਾਂ ਨੂੰ ਆਪਣੇ ਕੋਲ ਲੈ ਗਿਆ ਸੀ। ਉਹ ਵੇਖੋ, ਫੌਤ ਆਉਣ ਵਾਲਾ ਜਦੋਂ ਫੌਤ ਹੁੰਦਾ ਉਹਦੀਆਂ ਕੁਝ ਹਰਕਤ ਹੁੰਦੀਆਂ ਨੇ, ਮਗਰ ਮੇਰੇ ਅੱਬਾ ਜੀਆਂ ਦੀ ਕੋਈ ਹਰਕਤ ਹੀ ਨਹੀਂ ਸੀ। ਨਾਲ ਲੱਗੇ ਨੇ ਅਤੇ ਨਾਲ ਲੱਗੇ ਹੀ ਰਹਿ ਗਏ ਨੇ। ਮੈਨੂੰ ਨਹੀਂ ਮਹਿਸੂਸ ਹੋਇਆ ਕਿ ਰੂਹ ਨਿਕਲ ਗਈ, ਔਰ ਬੈਠੇ ਨੇ ਅਤੇ ਬੈਠੇ ਹੀ ਰਹਿ ਗਏ ਨੇ। ਇਹ ਸਿਰਫ ਔਰ ਸਿਰਫ ਕਰਮ ਹੋਇਆ ਕਿ ਜਿਹੜਾ 50 ਸਾਲ ਹਜ਼ਰਤ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੀ ਸ਼ਾਨ ਬਿਆਨ ਕੀਤੀ ਹੈ, ਉਹਨਾਂ ਦੀ ਅਜ਼ਮਤ ਬਿਆਨ ਕੀਤੀ ਹੈ, ਸਿਰਫ ਨਬੀ ਪਾਕ ਦਾ ਕਰਮ ਹੋਇਆ ਕਿ ਅੱਲਾ ਪਾਕ ਨੇ ਤਕਲੀਫ ਨਹੀਂ ਪਹੁੰਚਾਈ। ਇਹ ਥੋੜ੍ਹਾ ਜਿਹਾ ਜ਼ਿਕਰ ਉਹਨਾਂ ਦੀ ਵਫਾਤ ਦਾ ਮੈਂ ਇਸ ਵਾਸਤੇ ਕੀਤਾ। ਇਹ ਜਗਨੇ ਤੋਂ ਸਾਥੀ ਆਏ ਨੇ, ਪਿੱਪਰ ਕਲੋਨੀ ਤੋਂ ਸਾਥੀ ਆਏ ਨੇ, ਉਹ ਆਉਂਦੇ ਸਨ ਕਿ ਸਾਨੂੰ ਦੱਸੋ ਕਿਵੇਂ ਫੌਤ ਹੋਏ ਨੇ। ਤੋ ਮੈਂ ਆਖਿਆ ਮੈਂ ਤੁਹਾਨੂੰ ਜੁੰਮੇ ਹੀ ਦੱਸਾਂਗਾ, ਹੁਣ ਤਾਂ ਮੈਂ ਦੱਸ ਨਹੀਂ ਸਕਦਾ ਕਿ ਕਿਧਰੇ ਮੈਂ ਨਾ ਫੌਤ ਹੋ ਜਾਵਾਂ, ਕਿਉਂਕਿ ਮੇਰੀ ਜਿਹੜੀ ਹਾਲਤ ਜੁੰਮੇ ਨੂੰ ਹੁੰਦੀ ਹੈ ਉਹ ਬੜੀ ਗੈਰ ਹਾਲਤ ਹੁੰਦੀ ਹੈ। ਇਹ ਹੱਸਣ ਦੀ ਬਾਤ ਨਹੀਂ, ਇਹ ਮੈਨੂੰ ਪਤਾ ਕਿ ਮੇਰੇ ਵਾਸਤੇ ਇੱਥੇ ਬਹਿ ਕੇ ਔਰ ਉਹਨਾਂ ਦੀ ਸ਼ਕਲ ਬਣਾ ਕੇ ਔਰ ਉਹਨਾਂ ਦੀ ਆਵਾਜ਼ ਪੈਦਾ ਕਰਕੇ ਤਕਰੀਰ ਕਰਨਾ ਮੇਰੇ ਵਾਸਤੇ ਕਿਤਨਾ ਮੁਸ਼ਕਲ ਹੈ। ਪਰ ਅਲਹਮਦੁਲਿਲਾ, ਸੁਮਾ ਅਲਹਮਦੁਲਿਲਾ, ਮੈਂ ਰਾਜ਼ੀ ਹਾਂ ਅੱਲਾ ਦੀ ਦਿੱਤੀ ਹੋਈ ਉਹਦੀ ਅਤਾਤ ਹੈ, ਉਹਦੀ ਉਹ ਕਾਦਰ ਹੈ, ਮੈਂ ਰਾਜ਼ੀ ਹਾਂ ਜੇ ਮੇਰੇ ਅੱਬਾ ਜੀਆਂ ਨੂੰ ਲੈ ਗਿਆ ਅਤੇ ਸਾਨੂੰ ਅੱਲਾ ਨੇ ਅਖੀ ਵਿਖਾਇਆ ਕਿ ਤੁਹਾਡਾ ਬਾਪ ਜੰਤੀ ਹੈ, ਤੁਹਾਡਾ ਬਾਪ ਵਲੀ ਅੱਲਾ। ਅਲਹਮਦੁਲਿਲਾ ਸਾਨੂੰ ਠੰਡ ਹੈ, ਸਾਨੂੰ ਅੱਲਾ ਦਾ ਜਿੰਨਾ ਸ਼ੁਕਰ ਅਦਾ ਕਰੀਏ ਓਨਾ ਥੋੜ੍ਹਾ। ਅਤੇ ਇਸ ਮਿੰਬਰ 'ਤੇ ਉਹਨੇ ਪਾਇਆ, ਉਹਨੇ ਇੱਜ਼ਤ ਬਖਸ਼ੀ ਹੈ, ਉਹਨੇ ਮੁਕਾਮ ਬਖਸ਼ਿਆ ਹੈ, ਔਰ ਅੱਲਾ ਨੇ ਮੈਨੂੰ ਆਪਣੇ ਵਾਲਦ ਤੋਂ ਬਾਅਦ ਬਿਲਕੁਲ ਉਂਝੇ ਹੀ ਬਣਾ ਦਿੱਤਾ ਜਿਵੇਂ ਮੇਰੇ ਅੱਬਾ ਜੀ ਸਨ। ਮੈਨੂੰ ਤੁਸੀਂ ਵਹਿੰਦੇ ਹੋ ਔਰ ਤੁਸੀਂ ਆ ਗੁਆਹ ਦਿਓ, ਗਵਾਹੀ ਦੇਵੋਗੇ ਇਸ ਬਾਤ ਦੀ, ਮੇਰੇ ਵਿੱਚੋਂ ਤੁਹਾਨੂੰ ਮੇਰੇ ਅੱਬਾ ਜੀ ਨਜ਼ਰ ਆਉਂਦੇ ਨੇ। ਇਹ ਅੱਲਾ ਦੀ ਮਿਹਰਬਾਨੀ ਹੈ ਕਿ ਉਹਨੇ ਮੈਨੂੰ ਉਹ ਹੁਲੀਆ ਦੇ ਦਿੱਤਾ, ਮੈਨੂੰ ਅੱਲਾ ਨੇ ਉਹ ਇਲਮ ਦੇ ਦਿੱਤਾ, ਮੈਨੂੰ ਅੱਲਾ ਨੇ ਉਹ ਆਵਾਜ਼ ਦੇ ਦਿੱਤੀ ਹੈ ਕਿ ਜਿਹੜੀ ਮੇਰੇ ਅੱਬਾ ਜੀਆਂ ਦੀ ਸੀ। ਔਰ ਅਸੀਂ ਫੈਜ਼ ਦੇ ਕਾਇਲ ਹਾਂ, ਅਸੀਂ ਔਲੀਆ ਅੱਲਾ ਦੇ ਫੈਜ਼ ਦੇ ਕਾਇਲ ਹਾਂ। ਤੁਹਾਡੇ ਵਿੱਚੋਂ ਕੋਈ ਹੋਵੇ ਨਾ ਹੋਵੇ, ਮੈਂ ਅਲਹਮਦੁਲਿਲਾ ਅਸੀਂ ਫੈਜ਼ ਦੇ ਕਾਇਲ ਹਾਂ। ਅੱਬਾ ਜੀ ਜਾਂਦੇ ਜਾਂਦੇ ਸਾਰਾ ਕੁਝ ਆਪਣਾ ਮੈਨੂੰ ਦੇਖ ਗਏ ਨੇ। ਮੈਂ ਜਦੋਂ ਉਸ ਮਿੰਬਰ 'ਤੇ ਬਹਿਣਾ, ਕਸਮੇ ਖੁਦਾ ਦੀ,
मेरी तैयारी होर होंदी है, अल्लाह ताला होर छावां मैनू विखांदा हुंदा। मैं अपनी वलायत नहीं बयान करता, ये मेरे भाइयों का फैज है जिहड़ा मैनू मिले है। तैयारी होर होंदी है मगर इत्थे आके बहना अल्लाह पाक बयान होर करवा दिंदा। तो मैं भाई तुहाडे एक एक ते राजी हाँ कि तुसी मेरे अब्बा जी दी गल उते पैरा दिता। आखिरी दफा मस्जिद विच आए और उन्होंने फरमाया कि अपनी अपनी थान ते आके बैठे हो और तुसी आ रहे हो, मेरा एक एक लूं तुहाडे ते राजी है और तुहाडे सारिआं वास्ते दुआ होवे कि तुसी इस मस्जिद नू आबाद रखिआ है और आबाद करदे हो। मैं भाई तुहाडे सारिआं वास्ते दुआ हो।